ਉਹ ਤਾਂ ਵਜ ਉਹ 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 ਨਿਸ਼ਾਨ ਨੰਗੀ ਵਿੱਚ ਨਾਂ ਵਿੱਚ ਨਹੀਂ ਨੰਗੀ ਬਸ ਬਿਸਮਿਲਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਅਹਿਮਦ ਹਿਰ ਸਾਹਿਬ ਅਮਿਤ ਕਹਿਣਾ ਤੇ ਸਰ ਠੀਕ ਠਾਕ ਹੋ ਗਏ ਭਾਈਆ ਦੁਪਹਿਰ ਦਾ ਟਾਈਮ ਜੇ ਤੇ ਚੱਲੇ ਆ ਸਿਆਲਕੋਟ ਆਪਣੀ ਰਾਣੀ ਦਾ ਨਾ ਅਜੇ ਸਾਹਮਣੇ ਰਾਣੀ ਖਲੋਤੀ ਹੈ ਇਹਦਾ ਲੈ ਕੇ ਨਾ ਕਵਰ ਕਿਉਂਕਿ ਬੱਚੇ ਨੰਗਦੇ ਨੁੰਗਦੇ ਨਾ ਇੱਥੇ ਜਾਣਦੇ ਨੇ ਝਰੀਟਾਂ ਮਾਰ ਜਾਣਗੇ ਅੱਗੇ ਵੀ ਇੱਕ ਦੋ ਵਾਰੀ ਜਰਨਾ ਪੈਨਸਲ ਦੇ ਨਾਲ ਝਰੀਟ ਵੱਜੀ ਸੀ ਕੋਈ ਹੋਰ ਚੀਜ਼ ਹੁੰਦੀ ਤਾਂ ਨਿਸ਼ਾਨ ਪੈ ਨਹੀਂ ਆ ਵੇਖੋ ਅਜੇ ਤੱਕ ਇਹ ਮੈਂ ਤੁਹਾਨੂੰ ਵਹਾਨਾ ਜ਼ਰਾ ਗੌਰ ਦੇ ਨਾਲ ਇਹ ਐ ਵੇਖੋ ਤੁਹਾਨੂੰ ਲੱਭ ਜਾਏਗਾ ਇਹ ਪੈਨਸਲ ਦੀ ਲਕੀਰ ਮਾਰੀ ਹੈ ਆ ਜਿਹੜੀ ਪੈਨਸਲ ਦੀ ਲਕੀਰ ਨਾ ਇੱਥੋਂ ਲੈ ਕੇ ਉਸ ਤੱਕ ਮਾਰੀ ਹੈ ਕਿਸੇ ਬੱਚੇ ਨੇ ਇਸ ਵਕਤ ਜਨਰਲ ਰਾਣੀ ਜੋਗਾ ਕਵਰ ਲੈ ਕੇ ਆਉਣ ਲੱਗੇ ਹਾਂ ਜਦੋਂ ਕਿਤੇ ਜਾਣਾ ਹੋਏ ਕਰੇਗਾ ਤੂੰ ਕਵਰ ਲਾ ਲਾ ਕਰਾਂਗੇ ਨਹੀਂ ਤਾਂ ਇਸ ਤਰ੍ਹਾਂ ਕਵਰ ਉੱਤੇ ਰਹੇਗਾ ਨਾ ਤੇ ਮਤਲਬ ਬਚੀ ਰਹੇਗੀ ਜਿਹੜੀ ਟੱਚ ਟੁੱਟਾ ਤੂੰ ਬਚੀ ਰਹੇਗੀ ਵਿਚਾਰੀ ਤੇ ਹੁਣ ਜਰਨਾ ਬੋਰੀ ਕੱਢਣ ਲੱਗੇ ਨੇ ਰਾਜੇ ਨੂੰ ਕੱਢ ਕੇ ਤੇ ਫਿਰ ਰਾਣੀ ਜੋਗਾ ਕਵਰ ਲੈ ਕੇ ਆਉਂਦੇ ਆ ਸਿਆਲਕੋਟ ਤੋਂ ਜਾ ਕੇ ਹੈ ਕਾਰ ਦਾ ਨਾਮ ਕੀ ਰੱਖਿਆ ਵੇ ਰਾਣੀ ਤੇ ਕਾਹਦਾ ਕਾਈ ਡੱਬੇ ਦਾ ਰਾਣਾ ਰਾਣਾ ਤੇ ਰਾਣੀ तेन तो लभदी नी तां पुछण काय खान लगे एक रानी जोगा कवर लाके आना दूसरा जिहड़ा अपने घर बटन लाने ना जिहड़ा चाइना फिटिंग जिहड़ी है ਉਹਦਾ ਡਿਜ਼ਾਇਨ ਜਿਹੜਾ ਪਸੰਦ ਕਰਨਾ ਉਹ ਭਾਅ ਜਿਹੜੇ ਰਾਹ 'ਚ ਖਲੋਤੇ ਹੁੰਦੇ ਭਾਅ ਜਿਹੜੇ ਕਹਿੰਦੇ ਨੇ ਜਾਂਦੀ ਵਾਰੀ ਜਿਹੜਾ ਨਾ ਉਹ ਵੇਖ ਜਾਇਓ ਜੇ ਤੁਹਾਨੂੰ ਪਸੰਦ ਹੋਏਗਾ ਨਾ ਬਟਨ ਜਿਹੜੇ ਤੁਹਾਨੂੰ ਪਸੰਦ ਹੋਣਗੇ ਫਿਰ ਉਹ ਜਿਹੜਾ ਡਿਜ਼ਾਇਨ ਨਾ ਉਹ ਤੁਹਾਨੂੰ ਕਰ ਦਿਆਂਗੇ ਅਤੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਵੀ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਹੜੇ ਬਟਨ ਪਸੰਦ ਨੇ ਅਤੇ ਉਹ ਵਾਹਵਾ ਸਾਰੇ ਕਮੈਂਟ ਆਏ ਨੇ ਵੀ ਆਹ ਵਾਲਾ ਅਤੇ ਆਸ ਪਾਸ ਫਿਰ ਤੁਹਾਡੀ ਮੰਨ ਕੇ ਜਿਹੜੇ ਬਹੁਤੇ ਕਮੈਂਟ ਆਏ ਹਨ ਉਹ ਵਾਲੇ ਬਟਨ ਅਸੀਂ ਡਨ ਕਰਨ ਲੱਗੇ ਹਾਂ ਹੁਣ ਜਦੋਂ ਚੱਲਦੇ ਹਾਂ ਅਤੇ ਰਾਜ ਭਾਈ ਉਹਨਾਂ ਕੋਲ ਚਾਈਨਾ ਫਿਟਿੰਗ ਦੋ ਤਿੰਨ ਸੈਂਪਲ ਨੇ ਉਹ ਵੇਖ ਕੇ ਫਿਰ ਤੁਹਾਨੂੰ ਮੈਂ ਦੱਸਾਂਗਾ ਵੀ ਕਿਹੜਾ ਅਸੀਂ ਫਾਈਨਲ ਕੀਤਾ ਫਿਲਹਾਲ ਜਿਹੜਾ ਬੁਰੇ ਰਾਜੇ ਨੂੰ ਕੱਢਣ ਡੇ ਜੇ ਚੱਲ ਮੇਰੇ ਰਾਜੇ ਟਿਕ 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 ਭਾਈਆ ਇਹ ਕਿਉਂ ਜਾ ਮੈਂ ਜਹਾਜ਼ ਸਿੱਖ ਲੀਜੇ ਇਹਦੀ ਜਿਹੜਾ ਨਾ ਮੈਂ ਇੱਕ ਸਾਈਡ ਬਣਾ ਲੈਂਦਾ ਵਾਂ ਸਹੀ ਗੱਲ ਹੈ ਬੜਾ ਔਖਾ ਜਹਾਜ਼ ਆਈਏ ਪਰ ਇੱਕ ਸਾਈਡ ਮੈਂ ਬਣਾ ਲੈਂਦਾ ਵਾਂ ਅਤੇ ਹੁਣ ਜੇ ਇਹ ਲੱਭਣਾ ਸਿਆਲਕੋਟ ਤੋਂ ਜਿਹੜਾ ਕੋਈ ਸਸਤਾ ਜਾ ਤਿਆ ਵੀ ਲੈ ਕੇ ਆਵਾਂਗੇ ਫਿਰ ਮੈਂ ਜਹਾਜ਼ ਸਿੱਖਾਂਗੇ ਸਹੀ ਤਰ੍ਹਾਂ ਦੀ ਸਾਰੀ ਪਰ ਇਹ ਤਾਂ ਬੱਚਿਆਂ ਦਾ ਖਿਲਾਉਣਾ ਹੈ ਮੈਂ ਤਾਂ ਇੱਕ ਸਾਈਡ ਐਵੇਂ ਬਣਾ ਲੈਂਦਾ ਬੁਆ ਖੋਲਿਓ ਭਾਈਆ मैं गाना सुनाउन ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਭਾਈਆ ਰਾਤ ਮਨਿਆਰੀ ਵਾਲੇ ਭਾਈ ਖਲੋਤੇ ਨੇ ਤੇ ਉਹ ਸਬਸਕ੍ਰਾਈਬਰ ਹਨ ਕਹਿੰਦੇ ਨੇ ਗਾਣਾ ਸੁਣਾਉਣ ਦੇ ਉਹ ਮੇਰੇ ਪੁੱਤਰ ਉਹ ਪਤਾ ਕੀ ਆਖਣ ਦੇ ਹਨ ਯਾਰ ਮੈਨੂੰ ਵੇਚ ਲੈਣ ਦੇ ਚੀਜ਼ਾਂ ਚੁੱਪ ਕਰ ਜਾ ਨਹੀਂ ਭਾਈ ਯਾਰ ਕਹਿਣ ਤੁਹਾਡੀ ਵੀਡੀਓ ਵੇਖ ਕੇ ਮਜ਼ਾ ਆਇਆ ਸਹੀ ਗੱਲ ਨੇ ਉਹ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਆਪਣੀ ਵੀਡੀਓ ਆਪ ਹੀ ਐਡ ਕਰਾਂ ਤੇ ਮੈਨੂੰ ਨੀਂਦਰ ਹੋਣ ਲੱਗ ਪੈਂਦੀ ਹੈ ਰੁਪਈਏ ਭਾਈਆ ਵਾਹਵਾ ਸਾਰੇ ਕਮੈਂਟ ਆਉਂਦੇ ਨੇ ਵੀ ਜ਼ੇਬ ਹੋਣ ਜਾਣਾ ਤੂੰ ਦਿਲ ਤੋਂ ਨਹੀਂ ਵੀਡੀਓ ਬਣਾਉਂਦਾ ਮਤਲਬ ਉਹ ਮਜ਼ਾ ਨਹੀਂ ਆਉਂਦਾ ਤੂੰ ਇੱਕ ਵੀਡੀਓ ਦੋ ਦੋ ਪਾਰਟ ਕਰਨਾ ਇਸ ਤਰ੍ਹਾਂ ਯਾਰ ਪਤਾ ਕੀ ਗੱਲ ਹੈ ਮੇਰੇ ਜਿੰਨੇ ਵੀ ਖੁਆਬ ਹਨ ਨਾ ਅੱਲਾਹ ਪਾਕ ਦਾ ਸ਼ੁਕਰ ਹੈ ਸਾਰੇ ਪੂਰੇ ਹੋ ਗਏ ਨੇ ਕਾਰ ਵੀ ਲੈ ਲਈ ਸਭ ਕੁਛ ਅੱਲਾਹ ਪਾਕ ਦਾ ਬੜਾ ਹੀ ਸ਼ੁਕਰ ਹੈ ਅਤੇ ਮੈਂ ਤਾਂ ਹੁਣ ਬਸ ਮੇਰਾ ਮਤਲਬ ਵੀ ਜਿਵੇਂ ਦਿਲ ਨਹੀਂ ਰਾਜਦਾ ਮੈਂ ਆਖਿਆ ਮੈਂ ਲੈ ਲਿਆ ਜੋ ਲੈਣਾ ਸੀ ਪਰ ਫਿਰ ਹੁਣ ਘਰਦਿਆਂ ਨੇ ਜਿਹੜਾ ਉਹ ਲਾਇਆ ਲਾਰਾ ਲਾਇਆ ਕਹਿੰਦੇ ਤੇਰਾ ਵਿਆਹ ਤਾਂ ਕਰਨਾ ਕਿ ਦੋ ਪੈਸੇ ਕਮਾ ਲੈ ਤਾਂ ਮੈਂ ਥੋੜ੍ਹਾ ਜਿਹਾ ਡੇਲੀ ਵਲੋਗਿੰਗ ਕਰ ਰਿਹਾ ਨਹੀਂ ਤਾਂ ਮੇਰਾ ਦਿਲ ਸਹੀ ਗੱਲ ਹੈ ਅੱਕ ਗਿਆ ਜੀ ਜਿਹੜੇ ਸਬਸਕ੍ਰਾਈਬਰ ਨੇ ਫੈਨ ਨੇ ਖੁਸ਼ ਹੋ ਕੇ ਵਹਿੰਦੇ ਨੇ ਆਉਂਦੇ ਨੇ ਦੇਵ ਤੇਰੀ ਵੀਡੀਓ ਆਏ ਅਤੇ ਸਾਡਾ ਦਿਨ ਸਕੂਨ ਨਾ ਵੀ ਆਉਂਦਾ ਚਲੋ ਹੱਸ ਖੇਡ ਲਈਦਾ ਕੰਮ ਕਾਰ ਛੱਡ ਕੇ ਜਦੋਂ ਵਹਿੰਦੇ ਹਾਂ ਇੰਤਜ਼ਾਰ ਰਹਿੰਦਾ ਫਿਰ ਉਹ ਕੀ ਕਰਨਗੇ ਜੇ ਤੂੰ ਨਾ ਬਣਾਏ ਮੈਂ ਲਾਇਆ ਸਾਹਿਬ ਬਣਾਉਣੀ ਪੈਣੀ ਬਣਾਉਣੀ ਪੈਣੀ ਨਹੀਂ ਯਾਰ ਪਤਾ ਕੀ ਗੱਲ ਮਜ਼ਾਕ ਤਲਾਵਾ ਮੈਂ ਚਵਲ ਮਾਰਨ ਡਿਆ
ਮੇਰਾ ਆਪਣਾ ਦਿਲ ਨਾ ਕਿਤੇ ਮੈਂ ਜਾਵਾਂ ਨਾ ਮੇਰਾ ਆਪਣਾ ਦਿਲ ਕਰਦਾ ਮੈਂ ਤੁਹਾਨੂੰ ਵਹਾਵਾਂ ਤੁਹਾਨੂੰ ਵਹਾਵਾਂ ਮੈਂ ਕਰਨ ਡਿਆ ਕਰਨ ਜੇ ਕਰਨ ਵੋ ਕਰਨ ਮਤਲਬ ਵੀ ਜਿਹੜੇ ਮੈਨੂੰ ਵੇਖਣ ਡੇ ਨੇ ਜ਼ੀਰੋ ਤੋਂ ਲੈ ਕੇ ਮਤਲਬ ਜਦੋਂ ਮੈਂ ਕੁਛ ਵੀ ਨਹੀਂ ਹਾਂ ਹੁਣ ਅੱਗੋਂ ਜੇ ਮੈਂ ਕੁਛ ਕਰਾਂ ਤਾਂ ਉਹਨਾਂ ਨੂੰ ਪਤਾ ਲੱਗੇ ਯਾਰ ਇਹ ਕਰਨ ਡਿਆ ਕਰਨ ਡਿਆ ਮਾਸ਼ਾਅੱਲਾ ਮਤਲਬ ਵੀ ਕੋਈ ਮੋਟੀਵੇਟ ਹੋਣ ਜੇ ਵੋ ਢੀਂਗ ਫੜਾਣ ਢੀਂਗ ਅਤੇ ਆਹੋ ਜਾਣ ਦਿਓ ਗੱਡੀ ਜਿਹੜੇ ਭਾਈ ਯਾਰਾਂ ਕੋਲ ਚਾਈਨਾ ਫਿਟਿੰਗ ਲੈਣੀ ਹੈ ਨਾ ਉਹਨਾਂ ਨੂੰ ਆਖਿਆ ਜੀ ਇਹਨਾਂ ਘੋੜਿਆਂ ਦੇ ਕੋਲ ਆਇਓ ਅਤੇ ਉਹ ਕਹਿੰਦੇ ਨਾ ਅਸੀਂ ਆ ਗਏ ਹਾਂ ਅਤੇ ਇੱਥੇ ਹੁਣ ਫਿਰ ਚੈੱਕ ਕਰਨੇ ਕਿੱਥੇ ਖਲੋਤੇ ਫਿਰ ਚਾਈਨਾ ਫਿਟਿੰਗ ਦਾ ਡਿਜ਼ਾਇਨ ਵੇਖਦੇ ਹਾਂ ਉਹ ਬਟਨਾਂ ਦੇ ਡਿਜ਼ਾਇਨ ਕਿੱਥੇ ਨੇ ਚੰਗਾ ਬੰਦੇ ਆ ਗਈ ਭਾਅ ਜੀ ਤੁਹਾਡੀ ਗੱਡੀ ਨਾ ਇੰਤਜ਼ਾਰ ਕਰੋ ਇੰਨਾ ਆਏ ਹਾਏ ਬਿਲਕੁਲ ਵਾਈਟ ਹੋਏ ਉਹਦੇ ਵਿੱਚ ਸਿਰਫ ਪਲੇਨ ਆ ਜਾਂਦਾ ਇਸ ਤਰ੍ਹਾਂ ਇਹਦੇ ਵਿੱਚ ਵਾਈਟ ਨਹੀਂ ਹੈ ਇਹ ਵੇਖੋ ਨਾ ਇੱਕ ਵਾਈਟ ਦੀ ਸ਼ੇਡ ਵੀ ਮਾਰਦਾ ਹੈ ਗੋਲਡਨ ਦੀ ਵੀ ਮਾਰਦਾ ਇਹਨੂੰ ਯਾਨੀ ਕਿ ਡਾਇਮੰਡ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਸਾਡਾ ਪਲਾਨ ਪਤਾ ਕੀ ਹੈ ਸਾਡਾ ਪਲਾਨ ਪਤਾ ਕੀ ਹੈ ਜਿਹੜਾ ਥੱਲੜਾ ਫਲੋਰ ਹੈ ਨਾ ਉਹ ਚਿੱਟਾ ਅਤੇ ਕਾਲਾ ਪੱਥਰ ਲੱਗਿਆ ਅਸੀਂ ਕਹਿੰਦੇ ਚਿੱਟਾ ਲਾ ਲਈਏ ਬੋਰਡ ਉੱਥੇ ਚਿੱਟਾ ਲਾ ਲਈਏ ਬਟਨ ਚਿੱਟੇ ਲਾ ਲਈਏ ਅਤੇ ਹਾਂ ਥੱਲੜੇ ਫਲੋਰ 'ਚ ਅਤੇ ਉਤਲੇ 'ਚ ਐਵੇਂ ਦਾ ਪੱਥਰ ਲੱਗਿਆ ਅਤੇ ਫਿਰ ਐਵੇਂ ਦਾ ਲਾ ਲੈਂਦੇ ਹਾਂ ਰਲਦਾ ਮਿਲਦਾ ਹੋ ਜਾਏਗਾ ਚਿੱਟਾ ਲਾ ਲਓ ਤੁਸੀਂ ECM ਦੇ ਵਿੱਚ ਹਾਂਜੀ ECM ਚਿੱਟਾ ਲਾ ਲਓ ਬਲਨ ਤਾਂ ਕੁਛ ਨੀ ਡਿਆ ਵੱਡਾ ਬਲਬ ਉਹ ਤੱਲਾ ਪਾ ਕੇ ਪਾਲਿਆ ਨਾ ਰੰਗ ਚਿੱਟਾ ਹੋਏਗਾ ਸਾਡੇ ਵਿਆਹ ਦਾ ਮਸ਼ਵਰਾ ਦੇਣ ਛੇਤੀ ਘਰ ਦਾ ਕੰਮ ਕਰਕੇ ਵਿਆਹ ਕਰੋ ਮੈਂ ਨੀ ਉਹਨੂੰ ਕਿਹਾ ਜਿਹੜਾ ਬੰਦਾ ਤੈਨੂੰ ਵਿਆਹ ਦਾ ਮਸ਼ਵਰਾ ਦਿੰਦਾ ਨਾ ਉਹਨੂੰ ਤੂੰ ਅੱਗੇ ਲੈ ਆਉਂਦਾ ਤੇ ਇਹ ਬੰਦਾ ਇਹ ਗੱਲ ਆਉਂਦਾ ਸ਼੍ਰੀ ਦੀ ਵਿਆਹ ਕਰ ਦੋ ਪਰ ਉਹ ਅਜੇ ਟਾਈਮ ਲੱਗਣਾ ਮੈਂ ਤੁਹਾਨੂੰ ਕਿਹਾ ਕੋ ਕੋਈ ਨਹੀਂ ਤੁਹਾਡਾ ਆਪਣਾ ਦਿਲ ਕਰਦਾ ਵਿਆਹ ਵੇਖਣ ਵਾਸਤੇ ਘਰ ਦਾ ਕੰਮ ਦਾ ਤੁਸੀਂ ਕੰਮ ਹੀ ਨਹੀਂ ਮੁਕਾਉਂਦੇ ਵੀ ਕੋਈ ਵੇਖ ਲਓ ਫਿਰ ਕੰਮ ਕਿਹੜਾ ਅਸੀਂ ਕਰਨਾ ਲੋਕਾਂ ਕਰਨਾ ਉਹ ਕਰਨ ਦੇ ਤਾਂ ਫੇਰ ਹੀ ਇਹਨੂੰ ਬਸ ਬਣ ਛੜਿਆ ਨੇ ਇੱਕ ਪਾਸੇ ਸ਼ੁਕਰੀਆ ਥੈਂਕ ਯੂ ਲਵ ਯੂ ਹੋ ਗਿਆ ਅਸੀਂ ਜਿਹੜਾ ਨਾ ਚਾਈਨਾ ਫਿਟਿੰਗ ਜਿਹੜੇ ਤਿੰਨ ਹਨ ਨਾ ਸੈਂਪਲ ਉਹ ਅਸੀਂ ਨਾਲ ਹੀ ਲੈ ਲੈਣ ਅਸੀਂ ਕਿ ਘਰ ਜਾ ਕੇ ਵੀ ਚੈੱਕ ਕਰਾ ਲਾਂਗੇ ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਇਹਨਾਂ 'ਚ ਕਿਹੜੇ ਸਹੀ ਰਹੇਗਾ ਇੱਕ ਮਿੰਟ ਖੋਲ੍ਹ ਕੇ ਤੁਹਾਨੂੰ ਮੈਂ ਹੁਣੇ ਵਾਹ ਦਿੰਦਾ ਖੋਲ੍ਹਿਓ ਜ਼ਰਾ ਇੱਕ ਮਿੰਟ ਸਾਰੇ ਕੱਢੋ ਬਾਹਰ ਹਾਂਜੀ ਇਹ ਬੋਰਾ ਨਿਆ ਵਾਲਾ ਪਸੰਦ ਕੀਤਾ ਤੁਸੀਂ ਸਾਰੇ ਫੜਾਓ ਸਾਰੇ ਇਕੱਠੇ ਕਰਕੇ ਚੈੱਕ ਕਰਾਉਣਾ ਇਹ ਵੀ ਕੱਢੋ ਬਾਹਰ ਉਹ ਬਾਹਰ ਨਿਕਲ ਓਏ ਓਏ ਹੋਏ ਇਹਦਾ ਨਾਲਾ ਵੱਜਾ ਅਜੇ ਆਈ ਫੜਾਓ ਹੁਣ ਤੁਸੀਂ ਮੈਨੂੰ ਦੱਸੋ
ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਹੁਣ ਤੁਸੀਂ ਨੰਬਰ ਦੱਸੋ ਮਤਲਬ ਕਲਰ ਜਿਹੜਾ ਨਾ ਕਲਰ ਮਿਲ ਜਾਣਗੇ ਸਾਰੇ ਹੀ ਮਤਲਬ ਤੁਸੀਂ ਡਿਜ਼ਾਇਨ ਚੈੱਕ ਕਰੋ ਅੱਬੂ ਨੇ ਨਵਾਂ ਵਾਲਾ ਪਸੰਦ ਕੀਤਾ ਜੇ ਡਿਜ਼ਾਇਨ ਜਿਹੜਾ ਸਾਰੇ ਘਰ 'ਚ ਲੱਗੇਗਾ ਜਦੋਂ ਲਾਈਟ ਪਏਗੀ ਨਾ ਉਹ ਇੱਥੇ ਰਿਫਲੈਕਟ ਮਾਰੇ ਕਰੇਗਾ ਕਿਆ ਕਹਿੰਦੇ ਹਾਏ 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 ਤੇ ਭਾਈ ਠੀਕ ਹੋ ਗਿਆ ਹੁਣ ਜ਼ਰਾ ਇਹਨੂੰ ਪਾਈਏ ਜ਼ਰਾ ਵਾਪਸ ਅਤੇ ਚੱਲੀਏ ਆਪਣੀ ਰਾਣੀ ਜੋਗਾ ਕਵਰ ਲੈਣ ਅਤੇ ਉਹਦੇ ਬਾਅਦ ਫਿਰ ਘਰ ਚੱਲਦੇ ਹਾਂ ਹੈਲੋ ਅਸਲਾਮ ਵਾਲੇਕੁਮ ਲਾਡਰਾ ਜੱਟ ਸਾਹਿਬ ਕੀ ਹਾਲ ਚਾਲ ਠੀਕ ਠਾਕ ਹੋ ਅਸੀਂ ਜਿਹੜਾ ਨਾ ਰਾਣੀ ਦਾ ਇਸ ਟਾਈਮ ਕਵਰ ਲੈਣ ਆਏ ਹਾਂ ਸਿਆਲਕੋਟ ਚੋਂ ਰਾਣੀ ਦਾ ਤੇ ਕਿੰਨੇ ਕੁ ਦਾ ਲੈਣਾ ਚਾਹੀਦਾ ਭਲਾ ਰਾਣੀ ਦਾ ਕਵਰ ਕਿੰਨੇ ਕੁ ਦਾ ਲੱਭੇਗਾ ਕਵਰ ਮਤਲਬ ਅਸੀਂ ਕਿਹੜਾ ਮੋਬਾਈਲ ਦਾ ਕਵਰ ਉਹ ਕੀ ਕਿਉਂ ਕਵਰ ਉਹ ਰਾਣੀ ਦੇ ਕੱਪੜੇ ਯਾਰ ਲਹਿੰਗਾ ਕੰਮ ਚੈੱਕ ਕਰੋ ਪੁਰਾਣਾ ਕਵਰ ਦੇਣ ਕਹਿੰਦੇ ਮੇਰੇ ਕੋਲ 3000 ਦਾ ਬੱਲੇ ਬਈ ਉਹ ਤੇ ਹੁਣ ਨਹੀਂ ਯਾਰ ਇਸ ਤਰ੍ਹਾਂ ਬੰਦਾ ਧਰਾ ਲੱਗਦਾ ਸੀ ਸਾਨੂੰ ਤੇ ਨਾ ਚੜਾਉਣਾ 500 ਦਿਆਂਗੇ ਫਿਰ ਤੁਸੀਂ ਫਿਰ ਅੱਜ ਰੱਖ ਛੱਡੋਗੇ ਬੱਸ ਚ ਉਹ ਮੈਂ ਤਾਂ ਕਹਿਣਾ ਯਾਰ ਸਾਨੂੰ ਚਾਹੀਦਾ ਨਾ ਐਮਰਜੈਂਸੀ ਉਹ ਕਿਉਂਕਿ ਜਾਣੇ ਹਰ ਇੱਕ ਦੇ ਗਰਾਜ ਦੇ ਵਿੱਚ ਲੰਘਦਾ ਉਹ ਫਿਰ ਜਾਂਦੇ ਜਾਂਦੇ ਉਹ ਹੱਥ ਮਾਰਦੇ ਨੇ ਝੀਟਾ ਮਾਰ ਜਾਂਦੇ ਨੇ ਚਲੋ ਠੀਕ ਹੈ ਬਸ ਵਾਲਾ ਹੱਥ ਘਾਲ ਛੱਡੋ ਫਿਰ ਅਸੀਂ ਲੈ ਲਾਂਗੇ ਚਲੋ ਠੀਕ ਹੈ ਸਰ ਪੈਸੇ ਨਹੀਂ ਸਾਨ ਚਾੜ ਲਓ ਤੁਸੀਂ ਸਾਨ ਸਾਨ ਰਹਿਣ ਦਿਓ ਪੈਸੇ ਰਹਿਣ ਦਿਓ ਚਲੋ ਸਾਨ ਹੀ ਕਰ ਲਓ ਪੈਸਿਆਂ ਦੀ ਫਿਰ ਕਿਤੇ ਕਰ ਲਾਂਗੇ ਚਲੋ ਠੀਕ ਭਾਈ ਆਹ ਚਾਚੂ ਹੋਰਾਂ ਨੂੰ ਕਾਲ ਕੀਤੀ ਚੱਲ ਦਲਾਵਰ ਹੋਰਾਂ ਨੂੰ ਪੁੱਛਣ ਵਾਸਤੇ ਵੀ ਕਵਰ ਕਿੰਨੇ ਕੁ ਦਾ ਹੁੰਦਾ ਕਿਉਂਕਿ ਉਹਨਾਂ ਕੋਲ ਵੀ ਹੁੰਦਾ ਸਵੇਰ ਕਹਿੰਦੇ ਤੁਸੀਂ ਆਖਿਆ ਪੁੱਛ ਲੈਂਦੇ ਹਾਂ ਬਈ ਕਿਤੇ ਕੋਈ ਮਹਿੰਗੇ ਨਾਲ ਲੈ ਜਾਈਏ ਤੇ ਉਹ ਕਹਿੰਦੇ ਨੇ ਮੇਰੇ ਕੋਲ ਪਿਆ ਹੈ ਮੈਂ ਕਵਰ ਦਿੰਦਾ ਨਹੀਂ ਤੁਸੀਂ ਮੇਰੇ ਕੋਲ ਲੈ ਲਓ ਕਵਰ ਅਤੇ ਜਰਾ ਮੈਂ ਆਪੇ ਅੱਜ ਬਾਅਦ ਸਾਰਿਆਂ ਦੇ ਹੱਥ ਕੱਲ੍ਹ ਚਲਾਂਗਾ ਅਸੀਂ ਆਖਿਆ ਓਕੇ ਡਨ ਹੋ ਗਿਆ ਅਤੇ ਹੁਣ ਜਾਣਾ ਅਸੀਂ ਫਿਰ ਵੀ ਚੱਲੇ ਹਾਂ ਸਿਆਲਕੋਟ ਹੁਣ ਅਸੀਂ ਲੈਣ ਚੱਲੇ ਹਾਂ ਫਰਿੱਜ ਦਾ ਜਿਹੜਾ ਸਟੈਂਡ ਹੁੰਦਾ ਨਾ ਥੱਲੇ ਉਹ ਜਦੋਂ ਉੱਤੇ ਫਰਿੱਜ ਰੱਖੀ ਦੀਏ ਉਹ ਸਟੈਂਡ ਦਾ ਪਤਾ ਕਰਨ ਚੱਲੇ ਹਾਂ ਅਸੀਂ ਆਖਿਆ ਆਏ ਤਾਂ ਹੈਗੇ ਸਿਆਲਕੋਟ ਚਲੋ ਸਟੈਂਡ ਲੈ ਚੱਲੇ ਹਾਂ ਕੁਛ ਨਾ ਕੁਛ ਤਾਂ ਲੈ ਕੇ ਜਾਈਏ ਫਰਿੱਜ ਦਾ ਅਤੇ ਮਸ਼ੀਨ ਦਾ ਜਿਹੜਾ ਸਟੈਂਡ ਲੈਣਾ ਨਾ ਉਹ ਲੈਣ ਵਾਸਤੇ ਅਸੀਂ ਆਏ ਹਾਂ ਤਾਹਿਰ ਭਾਈ ਹੋਰਾਂ ਕੋਲ ਅਤੇ ਆਹ ਸਟੈਂਡ ਵੇਖਣ ਜੇ ਜੇ ਇਸ ਟਾਈਮ ਅਸੀਂ ਇਹ ਸਟੈਂਡ ਲੈਣ ਲੱਗੇ ਜੇ ਮਸ਼ੀਨ ਵਾਸਤੇ ਜਿਹੜੀ ਆਟੋਮੈਟਿਕ ਮਸ਼ੀਨ ਖਰੀਏ ਅਤੇ ਆਹ ਵਾਲਾ ਫਰਿੱਜ ਵਾਸਤੇ ਜੇ ਸਾਡੇ ਘਰ ਪੁਰਾਣੀ ਫਰਿੱਜ ਪਈ ਹੈ ਨਾ ਉਹਦੇ ਵਾਸਤੇ ਸਟੈਂਡ ਲੈ ਲਿਆ ਜੇ ਅੱਬੂ ਹੋਰਾਂ ਮਸ਼ੀਨ ਦਾ ਸਟੈਂਡ ਫੜਿਆ ਮੈਂ ਫਰਿੱਜ ਦਾ ਸਟੈਂਡ ਫੜਿਆ ਉਹਨੇ ਲੈ ਕੇ ਚੱਲੀਏ 6 ਦੇ ਘਰ ਨੂੰ ਸ਼ਾਮ ਦਾ ਟਾਈਮ ਹੋ ਗਿਆ ਹਨੇਰਾ ਪੈਣ ਵਾਲਾ ਇਹ ਵੀ ਰੱਖੋ ਬਾਈ ਹੈਲੋ ਅੱਬੂ ਹੋਰਾਂ ਨੇ ਵੇਖੋ ਆਪਣੀ ਗੱਡੀ ਨੂੰ ਕਿਵੇਂ ਭਾੜ ਕੀਤਾ ਹੁੰਦਾ ਰਾਜੇ ਨੂੰ ਚੰਗਾ ਤਗੜਾ ਤਾਲਾ ਲੈ ਕੇ ਲਾਇਆ ਲੋਕਾਂ ਨੇ ਤਗੜਾ ਘਰ ਨੂੰ ਨਹੀਂ ਲਾਇਆ ਹੁੰਦਾ ਜਿੱਦਾਂ ਤਗੜਾ ਬੜਾ ਗੱਡੀ ਨੂੰ ਲਾਇਆ ਖਵਾੜ ਕੇ ਜਾਣਾ ਤਾਂ ਫਿਰ ਬੰਦਾ ਪੂਰੀ ਸੇਫਟੀ ਖੜਾ ਰਹੇ ਇਹਦਾ ਤਾਲਾ ਵੀ ਇਹੀ ਹੁੰਦਾ ਜੇ ਕਿਤੇ ਕੋਈ ਚੋਰ ਬਾਹਰ ਵਾਲਾ ਤਾਲਾ ਖੋਲਣ 'ਚ ਕਾਮਯਾਬ ਹੋ ਵੀ ਜਾਏ ਤੇ ਵਿੱਚੋਂ ਵੱਡਾ ਤਾਲਾ ਤੇ ਉਹਦਾ ਟਾਈਮ ਲੱਗੇਗਾ ਉਹਨਾਂ ਚਿਰ ਨੂੰ ਬੰਦਾ ਆਪ ਹੀ ਆ ਜਾਂਦਾ ਭਾਈ ਆਹ ਘਰ ਅਸੀਂ ਉੱਪਰ ਗਏ ਜੇ ਹੁਣ ਜਰਾ ਗੱਡੀ ਅੰਦਰ ਕਰੀ ਫਿਰ ਚੱਲਦੇ ਹਾਂ ਛੱਤ 'ਚ ਭਾਈ ਆਹ ਸ਼ਾਮ ਦਾ ਟਾਈਮ ਜੇ ਮੇਰੇ ਰੋਟੀਆਂ ਪਕਾਉਣ ਡੇ ਹਨ ਅਤੇ ਇਹਦੇ ਵਿੱਚ ਗੋਲੀ ਚੱਲੀ ਜੇ ਮੇਰੇ ਖਿਆਲ ਨਾਲ ਕਿਤੇ ਗੋਹਿਆਂ ਦੇ ਵਿੱਚ ਪੱਥ ਕੱਤੇ ਸੀ ਨਾ ਅਤੇ ਮੇਰੇ ਹੁਣ ਅੱਗ ਲਾਈ ਉਹਦੇ ਵਿੱਚ ਚੱਲ ਗਈ ਹੈ ਇਹਦੇ ਵਿੱਚ ਹੀ ਦੇਖੋ ਦੂਸਰਾ ਖੋਖਾ ਕਿੱਥੇ ਗਿਆ ਇਹਦਾ ਅੱਲਾ ਪਾਕ ਵੱਲ ਮੇਰੀ ਬਚ ਗਏ ਜੇ ਗੋਲੀ ਚੱਲ ਕੇ ਤਾਂ ਛੱਤ ਵੱਲ ਨੂੰ ਚੱਲੀਏ ਉਹ ਵੇਖੋ ਨਿਸ਼ਾਨ ਅੱਲਾ ਪਾਕ ਦਾ ਸ਼ੁਕਰ ਹੈ ਲੱਖ ਤੇ ਕਰੋੜ ਧਰਮਾਂ ਦੇ ਖਰਬਾਂ ਵਾਲੀ ਸ਼ੁਕਰ ਹੈ ਭੱਜ ਗਏ ਤਾਂ ਚੱਕ ਕਰੋ ਅੱਗ ਭਲਣ ਡੀ ਸਾਰੀ ਖਿਲੜ ਗਈ ਇੱਧਰ ਉੱਧਰ ਗੋਲੀ ਚੱਲ ਕੇ ਨਾ ਹਾਂ ਇਹਦੇ ਵਿੱਚ ਸੀ ਕਿਹੜਾ ਬਾਹਰ ਹੁਣ ਤਾਂ ਚੁੱਲ੍ਹੇ ਕੋਲ ਵੀ ਡਰ ਲੱਗਣ ਡਿਆ ਏ ਐਸਾ ਕਰੋ ਵੱਜੀ ਹੈ ਜਿੱਥੇ ਹੈ ਕਿਤੇ ਪੁਰਾਣੀ ਸੀ ਵਾਹਵਾ ਗੋਲੀ ਅਤੇ ਉਹ ਮਤਲਬ ਵੀ ਬਸ ਬਰੂਜ ਸ਼ਰੂਜ ਹੀ ਫਟ ਕੇ ਤਾਂ ਵੱਜੀ ਤਾਂ
ਖਰਾਕਾ ਮੈਨੂੰ ਇਧਰ ਆਇਆ ਮੈਂ ਤਾਂ ਦੌੜ ਕੇ ਬਾਹਰ ਆਇਆ ਮੈਂ ਕਿਹਾ ਇਹ ਕੀ ਹੋਇਆ ਮੇਰੇ ਕੰਨ ਬੰਦ ਹੋ ਗਏ ਕੰਨ ਬੰਦ ਹੋ ਗੋਲੀ ਖੱਲੀ ਆ ਬੋਰੀ ਉਹਨਾਂ ਆ ਕੇ ਵੇਖਣ ਡੇ ਨੇ ਜੇ ਚੱਲੀ ਹੈ ਹਾਂ ਉਹ ਤਾਂ ਵੱਜੀ ਉਹ 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 ਨਿਸ਼ਾਨ ਨੰਗੀ ਵਿੱਚ ਨਹੀਂ ਵਿੱਚ ਨਹੀਂ ਨੰਗੀ ਬਸ ਪੁਰਾਣੀ ਹੋਏਗੀ ਨਾ ਕੋਈ ਸਾਰਾ ਸਿਸਟਮ ਖਿਲੜ ਖਿਲੜ ਗਿਆ ਬਾਹਰ ਤੱਕ ਸਵਾ ਗਈ ਭਾਈ ਆਹ ਅੱਲਾ ਪਾਕ ਦਾ ਸ਼ੁਕਰ ਹੈ ਲੱਖ ਤੇ ਕਰੋੜ ਤੇਰੇ ਬਾਅਦ ਖਰਬਾਂ ਵਾਲੀ ਸ਼ੁਕਰ ਹੈ ਬਚ ਬਚਾਈ ਹੋ ਗਿਆ ਉਹ ਨਾ ਕਿਤੇ ਗੋਲੀ ਸੀ ਅਤੇ ਪਤਾ ਨਹੀਂ ਕਿਤੇ ਪੁਰਾਣੀ ਕਿਤੇ ਡਿੱਗੀ ਹੋਏਗੀ ਕੁਛ ਸਾਲ ਦੋ ਪੁਰਾਣੇ ਤੇ ਮੇਰੇ ਨਾਲ ਗੋਹੇ ਪੱਥੇ ਨੇ ਅਤੇ ਉਹ ਕਿਤੇ ਵਿੱਚ ਹੀ ਪੱਥੀ ਗਈ ਹੈ ਅਤੇ ਉਹ ਜਦੋਂ ਕਿਤੇ ਅੱਗ ਲੱਗੀ ਨੇ ਤਾਂ ਅੱਗ ਨਾਲ ਚੱਲੀ ਹੈ ਅਤੇ ਅੱਲਾ ਪਾਕ ਦਾ ਸ਼ੁਕਰ ਬਚ ਬਚਾਈ ਹੋ ਗਿਆ ਤਾਂ ਚੱਲੀ ਸੀ ਚੁੱਲ੍ਹ ਦੇ ਉੱਤੇ ਵੀ ਕੋਈ ਚੀਜ਼ ਨਹੀਂ ਸੀ ਪਈ ਅਤੇ ਤਾਂ ਛੱਤ ਹੀ ਵੱਜੀ ਅਤੇ ਅੱਲਾ ਪਾਕ ਦਾ ਸ਼ੁਕਰ ਬਚ ਬਚਾ ਹੋ ਗਿਆ ਮੇਰੇ ਸੋਹਣੇ ਮਾਲਕ ਦਾ ਸ਼ੁਕਰ ਹੈ ਲੱਖ ਤੇ ਕਰੋੜ ਦਰਬਾਰ ਕਰਮਾ ਸ਼ੁਕਰ ਹੈ ਅੱਲਾ ਹਾਫਿਜ਼।